ਅਕਸਰ ਹੀ ਸੰਗਰੂਰ ਦੇ ਵਿੱਚ ਥੋੜਾ ਜਿਹਾ ਮੀਂਹ ਪੈਣ ਕਾਰਨ ਸ਼ਹਿਰ ਜਲ ਥਲ ਹੋ ਜਾਂਦਾ ਹੈ। ਜੇਕਰ ਧੂਰੀ ਗੇਟ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਪਾਣੀ ਭਰਨ ਦੇ ਨਾਲ ਝੀਲ ਦਾ ਰੂਪ ਧਾਰਨ ਹੋ ਜਾਂਦਾ ਹੈ, ਉੱਥੇ ਹੀ ਲੰਘਦਾ ਗੰਦਾ ਨਾਲਾ ਅਤੇ ਸੜਕ ਦਾ ਪਤਾ ਹੀ ਨਹੀਂ ਲੱਗਦਾ। ਇੱਕ ਔਰਤ ਆਪਣੀ ਸੱਸ ਦੇ ਨਾਲ ਜਿਵੇਂ ਹੀ ਬੱਸ ਸਟੈਂਡ ਦੇ ਕੋਲ ਪੁੱਜੀ ਤਾਂ ਖੜੇ ਪਾਣੀ ਦੇ ਕਾਰਨ ਲੰਘ ਰਹੀ ਸੀ ਕਿ ਉਸਨੂੰ ਪਤਾ ਹੀ ਨਹੀਂ ਚੱਲਿਆ ਕਿ ਗੰਦਾ ਨਾਲਾ ਕਿੱਥੇ ਹੈ ਅਤੇ ਸੜਕ ਕਿੱਥੇ ਹੈ। ਔਰਤ ਗੰਦੇ ਨਾਲੇ ਦੇ ਵਿੱਚ ਜਿਉਂ ਹੀ ਗਿਰੀ ਤਾਂ ਉੱਚੀ ਉੱਚੀ ਬਚਾਓ ਬਚਾਓ ਦੀਆਂ ਆਵਾਜ਼ਾਂ ਸੁਣ ਕੇ ਲੋਕਾਂ ਨੇ ਔਰਤ ਨੂੰ ਬਾਹਰ ਕੱਢਿਆ ਅਤੇ ਉਸਦੀ ਜਾਨ ਬਚ ਗਈ। ਔਰਤ ਨੇ ਕਿਹਾ ਕਿ ਪਤਾ ਹੀ ਨਹੀਂ ਲੱਗਿਆ ਕਿ ਇੱਥੇ ਗੰਦਾ ਨਾਲਾ ਵੀ ਹੈ। ਪੰਜਾਬ ਦੇ ਵਿੱਚ ਆਏ ਦਿਨ ਲੁੱਟਾਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ। ਤਾਜ਼ਾ ਮਾਮਲਾ ਦੇਰ ਰਾਤ ਸੰਗਰੂਰ ਗਰਗ ਪੈਟਰੋਲ ਪੰਪ ਦਾ ਸਾਹਮਣੇ ਆਇਆ, ਜਿੱਥੇ ਕਿ ਇੱਕ ਕਾਰ ਪੈਟਰੋਲ ਪੰਪ ਦੇ ਉੱਤੇ ਰੁਕਦੀ ਹੈ ਤੇ 2100 ਦਾ ਤੇਲ ਪਵਾ ਕੇ ਫਰਾਰ ਹੋ ਜਾਂਦੀ ਹੈ। ਉੱਥੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਹੈ। ਜਦੋਂ ਪੈਟਰੋਲ ਪੰਪ ਦੇ ਉੱਤੇ ਕੰਮ ਕਰਦੇ ਵਿਅਕਤੀ ਨੇ ਕਾਰ ਦੇ ਵਿੱਚ ਤੇਲ ਪਾਇਆ ਤਾਂ ਜਿਉਂ ਹੀ ਨਿਊਜ਼ਲ ਰੱਖਣ ਗਿਆ ਤਾਂ ਕਾਰ ਫਰਾਰ ਹੋ ਗਈ। ਉਸਦੇ ਪਿੱਛੇ ਵਿਅਕਤੀ ਵੀ ਭੱਜਿਆ ਅਤੇ ਉਸਦੇ ਦੱਸਣ ਅਨੁਸਾਰ ਉਸਨੇ ਇੱਕ ਟੱਕਣ ਵੀ ਮਾਰਿਆ, ਜਿਸਦੇ ਕਾਰਨ ਉਸਦਾ ਪਿਛਲਾ ਲਾਈਟ ਦਾ ਸ਼ੀਸ਼ਾ ਵੀ ਟੁੱਟ ਗਿਆ। ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਜਿੱਥੇ ਕਿ 2100 ਰੁਪਏ ਦਾ ਤੇਲ ਪਵਾ ਕੇ ਕਾਰ ਜਿਹੜੀ ਕਿ ਫਰਾਰ ਹੋ ਗਈ। 2100 ਰੁਪਏ ਦਾ ਪੌਣੇ 10 ਵਜੇ ਦੇ ਕਰੀਬ ਹੁੰਦਾ ਟਾਈਮ ਸੀ, ਉਹਨੇ ਤੇਲ ਪਵਾ ਕੇ ਗੱਡੀ ਭੱਜ ਗਈ। ਉਹ ਡਰੂ ਗੱਡੀ ਸੀ, ਕੋਈ ਨੀ ਨਿਕਲਿਆ ਬਾਹਰ, ਤੇਲ ਪਵਾ ਕੇ ਬਸ ਟੱਕਣ ਲੱਗੇ ਲਾਣ ਭੱਜ ਗਏ। ਜਿਹੜੀ ਵੀ ਵਾਰਦਾਤ ਹੁੰਦੀ ਹੈ ਬਹੁਤ ਜ਼ਿਆਦਾ, 3-4 ਵਾਰ ਹੋ ਗਈ ਸਾਡੇ ਨਾਲ ਇੱਥੇ, ਤੇ ਕੋਈ ਇਸ ਤੇ ਐਕਸ਼ਨ ਉਕਸ਼ਨ ਨਹੀਂ ਹੁੰਦਾ ਕੋਈ ਨਹੀਂ। ਹਰ ਵਕਤ ਅੱਜ ਕੱਲ ਹੋਰ ਜ਼ਿਆਦਾ ਰਾਤ ਨੂੰ ਕੰਮ ਕਰਨਾ ਬਹੁਤ ਔਖਾ ਹੋ ਗਿਆ, ਜੋ ਵੀ ਆਉਂਦਾ ਪਰੇਸ਼ਾਨ ਨਹੀਂ ਕਰਦਾ। ਅਸੀਂ ਪੁਲਿਸ PCR ਵਾਲੇ ਸੀ ਬਾਅਦ, ਹੋਰ ਤਾਂ ਨਹੀਂ ਆਏ ਕੋਈ। ਆਪ ਸਾਡੇ ਫਿਰ ਇੱਕ ਕਾਰ ਆਈ, ਕਰੂਜ ਗੱਡੀ ਸੀਗੀ, ਉਹਨੂੰ ਰਾਤ ਤੇਲ ਪਾਉਣ ਵਾਸਤੇ ਆਈ, ਮੁੰਡਾ ਉੱਥੇ ਤੇਲ ਪਾ ਕੇ ਗਿਆ ਹੀ ਹੈ, ਪਾਉਣ ਲੱਗੀ ਹੈ ਤਾਂ ਉਹਨੇ ਨਾਲ ਤੇਲ ਪਵਾ ਕੇ ਨਾਲ ਦਾ ਗੱਡੀ 'ਤੇ ਸਲਫ ਮਾਰਿਆ, ਗੱਡੀ ਭੱਜ ਗਈ ਜੀ ਰਾਤ। ਇਹ ਸਾਡੇ ਅੱਜ ਇੱਕ ਪਹਿਲਾ ਵਾਕਾ ਨਹੀਂ ਹੈਗਾ, 2 ਸਾਲਾਂ 'ਚ 4th-5th ਵਾਰ ਦਾ ਵਾਕਾ ਹੈਗਾ। ਅੱਜ ਤੋਂ 2 ਸਾਲ ਪਹਿਲਾਂ ਸਾਡੇ ਨਵਾਂ ਪੰਪ ਜਿਹੜਾ ਇੱਧਰ HP ਦਾ ਪੰਪ ਲਾਇਆ ਹੋਇਆ, ਉੱਥੋਂ ਬੱਚਾ ਆਪਦਾ ਹਿਸਾਬ ਲੈ ਕੇ ਪਹਿਲੀ ਖੋਹ ਕੇ ਲੈ ਗਏ ਸੀਗੇ ਉਸ ਵੇਲੇ ਵੀ। ਉਹ ਵੀ 2 ਸਾਲ ਹੋ ਗਏ, ਅੱਜ ਤੱਕ ਸਾਡੀ ਨਾ ਰਿਕਵਰੀ ਹੋਈ ਹੈ ਨਾ ਕੋਈ ਬੰਦੇ ਫੜੇ ਗਏ, ਇੰਨਾ ਬੁਰਾ ਹਾਲ ਹੈ।